ਕਈ ਵਾਰੀ ਟੀਚਰ ਦਾ ਹੱਥ ਲੱਗ ਜਾਂਦਾ ਹੈ ਅਣਜਾਣੇ ਦੇ ਵਿੱਚ। ਇਹ ਤਸਵੀਰਾਂ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਮੈਥ ਵਾਲੇ ਮਾਸਟਰ ਤੇ ਗੰਭੀਰ ਇਲਜ਼ਾਮ ਲੱਗੇ ਨੇ। ਉਸ ਤੇ ਆਰੋਪ ਨੇ ਕਿ ਉਸਨੇ ਵਿਦਿਆਰਥੀਆਂ ਦੇ ਨਾਲ ਛੇੜਛਾੜ ਕੀਤੀ, ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਟੱਚ ਕੀਤਾ, ਜਿਸ ਤੋਂ ਬਾਅਦ ਕਈ ਪਿੰਡਾਂ ਦੀਆਂ ਪੰਚਾਇਤਾਂ, ਜਿਹੜੇ ਪਿੰਡਾਂ ਦੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਉਸ ਪਿੰਡ ਦੇ ਮਾਪੇ ਤੇ ਪੰਚਾਇਤ ਸਕੂਲ ਪੁੱਜੇ, ਜਿਸ ਤੋਂ ਬਾਅਦ ਉਹਨਾਂ ਨੇ ਮੈਥ ਵਾਲੇ ਅਧਿਆਪਕ ਦੀ ਕਲਾਸ ਲਈ, ਜਿਸ ਤੋਂ ਬਾਅਦ ਮੈਥ ਵਾਲੇ ਮਾਸਟਰ ਨੇ ਮੰਨਿਆ ਕਿ ਕੁੱਟਣ ਵੇਲੇ ਬੱਚਿਆਂ ਦੇ ਸਰੀਰ ਤੇ ਹੱਥ ਲੱਗ ਜਾਂਦਾ, ਜਾਣ ਬੁੱਝ ਕੇ ਉਸਨੇ ਅਜਿਹਾ ਨਹੀਂ ਕੀਤਾ, ਫਿਰ ਵੀ ਜੇ ਪਿੰਡ ਵਾਲੇ ਕਹਿੰਦੇ ਨੇ ਉਹ ਮਾਫੀ ਮੰਗ ਰਿਹਾ। ਤਾਂ ਇਹ ਤਸਵੀਰਾਂ ਖੰਨਾ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਲੇਹਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੈਥ ਵਾਲੇ ਅਧਿਆਪਕ ਤੇ ਵਿਦਿਆਰਥੀਆਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ, ਜਿਸ ਤੋਂ ਬਾਅਦ ਨਾਲ ਲੱਗਦੇ ਪਿੰਡਾਂ ਦੀਆਂ ਪੰਚਾਇਤਾਂ, ਜਿਸ ਦੇ ਵਿੱਚ ਲੇਹਲ, ਕਰਤਾਰਪੁਰ, ਜੀਰਖ ਅਤੇ ਧੌਲ ਮਾਜਰਾ ਦੀਆਂ ਪੰਚਾਇਤਾਂ ਪਿੰਡ ਦੇ ਵਿੱਚ ਪਹੁੰਚੀਆਂ ਨੇ। ਇਸ ਪਿੰਡ ਦੇ ਹੀ ਬਹੁਤ ਸਾਰੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੀਆਂ ਕੁੜੀਆਂ ਨੇ ਘਰ ਆ ਕੇ ਦੱਸਿਆ ਕਿ ਮੈਥ ਵਾਲੇ ਮਾਸਟਰ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਟੱਚ ਕੀਤਾ, ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਤੋਂ ਬਾਅਦ ਇਕੱਠੇ ਹੋ ਕੇ ਉਹਨਾਂ ਨੇ ਸਕੂਲ ਦੇ ਵਿੱਚ ਆ ਕੇ ਮੈਥ ਵਾਲੇ ਮਾਸਟਰ ਦੀ ਕਲਾਸ ਲਈ ਔਰ ਇਸ ਮਾਸਟਰ ਦੇ ਵੱਲੋਂ ਸਾਰਿਆਂ ਦੇ ਸਾਹਮਣੇ ਮਾਫੀ ਮੰਗੀ ਗਈ ਹੈ। ਖੰਨਾ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਲੇਹਲ ਦਾ ਇਹ ਪੂਰਾ ਮਾਮਲਾ ਹੈ। ਮੈਥ ਵਾਲੇ ਮਾਸਟਰ ਤੇ ਵਿਦਿਆਰਥੀਆਂ ਦੇ ਨਾਲ ਛੇੜਛਾੜ ਕਰਨ, ਗਲਤ ਤਰੀਕੇ ਨਾਲ ਟੱਚ ਕਰਨ ਦੇ ਇਲਜ਼ਾਮ ਲੱਗੇ ਨੇ। ਕਈ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਇੱਥੇ ਆਈਆਂ, ਮੈਥ ਵਾਲੇ ਮਾਸਟਰ ਦੀ ਰੱਜ ਕੇ ਕਲਾਸ ਲਈ, ਜਿਸ ਤੋਂ ਬਾਅਦ ਉਹਨਾਂ ਨੇ ਸਭ ਦੇ ਸਾਹਮਣੇ ਮਾਫੀ ਵੀ ਮੰਗੀ। ਹੈਂ ਹਰੀਦੇਵ ਪ੍ਰਸਾਦ, ਕੀ ਕੰਮ ਕਰਦੇ ਹੋ? ਮੈਂ ਟੀਚਰ ਹੂੰ। ਤੇ ਕਿੱਥੇ ਹੋ? ਮੈਂ ਟੀਚਰ। ਤੇ ਤੁਹਾਡੇ ਉੱਤੇ ਦੋਸ਼ ਲੱਗੇ ਨੇ ਵੀ ਤੁਸੀਂ ਬੱਚਿਆਂ ਨਾਲ, ਖਾਸ ਕਰਕੇ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋ, ਉਹਨਾਂ ਨੂੰ ਉਹਨਾਂ ਨਾਲ ਛੇੜਛਾੜ ਕਰਦੇ ਹੋ, ਕੀ ਕਹਿਣਾ ਤੁਹਾਡਾ ਇਸ ਨੂੰ ਲੈ ਕੇ? ਮੈਂ ਛੇੜਛਾੜ ਕੀਤਾ ਕੀਤਾ ਇਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ ਮਾਫੀ ਮੰਗਣਾ ਚਾਹੁੰਦਾ। ਕੀ 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 ਕਰਦੇ ਸੀ ਤੁਸੀਂ? ਬੱਚਿਆਂ ਦਾ ਹੱਥ ਫੜ ਕੇ ਬੱਚਿਆਂ ਦੇ ਮੂੰਹ ਤੇ ਹੀ ਮਾਰਦਾ ਸੀ। ਹਾਂ ਕੀ ਕਰਦੇ ਸੀ? ਬੱਚਿਆਂ ਦਾ ਹੱਥ ਫੜ ਕੇ ਬੱਚੇ ਦੇ ਮੂੰਹ ਤੇ ਮਾਰਦਾ ਸੀ। ਹਾਂ ਕਿਉਂ ਮਾਰਦੇ ਸੀ ਇਦਾਂ? ਜਦ ਕੋਈ ਗਲਤੀਆਂ ਕਰਦੇ ਸੀ, ਹੱਥ ਸ਼ਰਾਰਤ ਕਰਦੇ ਸੀ। ਅੱਛਾ, ਜਿਵੇਂ ਤੁਹਾਡੇ ਉੱਤੇ ਦੋਸ਼ ਲੱਗੇ ਨੇ ਅਸ਼ਲੀਲ ਹਰਕਤ ਦਾ, ਉਹਦੇ ਬਾਰੇ ਸਪਸ਼ਟ ਕਰੋ ਪਹਿਲਾਂ। ਅਸ਼ਲੀਲ ਹਰਕਤ ਦਾ ਮੈਂ ਜਵਾਬ ਲੈਣਾ ਚਾਹੁੰਦਾ। ਹੱਥ ਫੜਨਾ ਜਾਂ ਕੁੱਟਣਾ ਟੀਚਰ ਆਮ ਕਈ ਵਾਰੀ ਬੱਚੇ ਨਾਲ ਕੁੱਟ ਮਾਰ ਦਿੰਦਾ, ਅਸ਼ਲੀਲ ਹਰਕਤ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲ। ਮੈਂ ਉਹਨਾਂ ਤੋਂ ਅਸ਼ਲੀਲ ਹਰਕਤ ਕੋਈ ਪਿਆਰ ਪਿਆਰ ਦੀ ਕੋਈ ਗੱਲ ਨਹੀਂ ਕੀਤਾ, ਕੁਛ ਵੀ ਨਹੀਂ। ਹਾਂ ਸਿਰਫ ਕੁੱਟਿਆ। ਹਾਂ ਉਹਦੇ ਵਿੱਚੋਂ ਉਹ ਕਹਿ ਰਹੇ ਨੇ ਕਿ ਮੇਰਾ ਸਰੀਰ ਟੱਚ ਹੋ ਗਿਆ, ਤਾਂ ਉਹ ਸੱਚ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਟੀਚਰ ਦਾ ਹੱਥ ਲੱਗ ਜਾਂਦਾ ਹੈ ਉਹ ਅਣਜਾਣੇ ਦੇ ਵਿੱਚ। ਮਤਲਬ ਤੁਸੀਂ ਜਾਣ ਬੁੱਝ ਕੇ ਨਹੀਂ ਕੁਛ ਕਰਦੇ? ਨਹੀਂ ਜਾਣ ਬੁੱਝ ਕੇ, ਮੇਰੇ ਕੋਲ ਬੱਚੇ ਨੇ, ਮੈਂ ਕੁੜੀਆਂ ਦਾ ਪਿਓ ਹਾਂ, ਮੈਂ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ। ਸਾਰੇ ਕਹਿ ਰਹੇ ਨੇ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ। ਗੁਰਜੰਟ ਜੀ ਕਿੱਥੇ ਦੇ ਰਹਿਣ ਵਾਲੇ ਹੋ? ਪਿੰਡ ਕਰਤਾਰਪੁਰ ਦੇ। ਹੁਣ ਕਿੱਥੇ ਆਏ ਹੋ ਇਸ ਵੇਲੇ? ਅਸੀਂ ਸੀਨੀਅਰ ਸੈਕੰਡਰੀ ਸਕੂਲ ਲੈਹਲ ਆਏ ਹਾਂ ਜੀ, 4-5 ਪਿੰਡਾਂ ਦੀ ਪੰਚਾਇਤ ਆਈ ਹੈ। ਇੱਥੇ ਇੱਕ ਟੀਚਰ ਆ ਜੀ, ਉਹ ਬਹੁਤ ਗਲਤ ਤਰੀਕੇ ਨਾਲ ਬੱਚਿਆਂ ਨੂੰ ਟੱਚ ਕਰਦਾ ਵਾ। ਕਿਹੜੇ ਬੱਚਿਆਂ ਨੂੰ? ਆਪਣੇ ਜਿਹੜੇ ਸਕੂਲ 'ਚ ਕੁੜੀਆਂ ਪੜ੍ਹੀ, ਸਾਡੇ ਮੇਰੀ ਵੀ ਕੁੜੀ ਪੜ੍ਹਦੀ ਆ, ਹੋਰ ਵੀ ਕੁੜੀਆਂ ਨੇ ਘਰੇ ਜਾ ਕੇ ਦੱਸਿਆ ਇਹਦੀ ਪਹਿਲਾਂ ਬਦਲੀ ਹੋਈ ਆ, ਉੱਥੋਂ ਵੀ ਇਹੀ ਕੰਮ ਕਰਦਾ ਆ। ਅੱਛਾ, ਉੱਥੋਂ ਵੀ ਇਹਨੂੰ ਤਾਂ ਹੀ ਕੱਢਿਆ, ਇਹੀ ਕੰਮ ਕਰਦਾ ਜੀ। ਮੈਥ ਪੜ੍ਹਾਉਂਦਾ ਜੀ ਮੈਥ। ਅੱਛਾ, ਕਿੰਨੀ ਕੁ ਦੇਰ ਤੋਂ ਆਇਆ ਇੱਥੇ, ਪਤਾ ਲੱਗਿਆ ਕੁਛ? 2021 ਤੋਂ ਆਇਆ ਹੋਇਆ ਜੀ। ਅੱਛਾ, ਕਿੱਥੇ ਦੇ ਰਹਿਣ ਵਾਲੇ ਹੋ? ਕਰਤਾਰਪੁਰ ਦੇ। ਕਿੱਥੇ ਆਏ ਹੋ ਇਸ ਵੇਲੇ? ਅਸੀਂ ਸਕੂਲ ਦੇ ਵਿੱਚ
ਕਿਹੜੇ ਸਕੂਲ ਚ? ਕਿੱਥੇ ਜੀ? ਕਿੱਥੇ ਆਏ ਹੋ? ਸਰਕਾਰੀ ਸਕੂਲ ਚ। ਹਾਂਜੀ, ਕਾਹਦੇ ਲਈ ਇੰਨਾ ਕੱਟ ਕੀਤਾ? ਅਸੀਂ ਸਾਡੇ ਬੱਚਿਆਂ ਕਰਕੇ ਆਏ ਜੀ। ਕੀ ਬੱਚਿਆਂ ਨੂੰ ਕੀ ਪ੍ਰੋਬਲਮ? ਬੱਚਿਆਂ ਨੂੰ ਟੱਚ ਕਰਤਾ। ਕੌਣ ਜੀ? ਹਰੀ ਸਰ। ਅੱਛਾ, ਕੀ ਕਹਿੰਦਾ ਬੱਚਿਆਂ ਨੂੰ? ਬੱਚਿਆਂ ਨੂੰ ਜੀ ਕਦੇ ਕੁਛ ਕਹਿੰਦਾ ਕਦੇ ਕੁਛ ਕਹਿੰਦਾ, ਲੱਤਾਂ ਵਿਚਾਲੇ ਲੈ ਕੇ ਉਹਨਾਂ ਨੂੰ ਕੰਮ ਦਿੰਦਾ, ਗਲਤ ਤਰੀਕੇ ਨਾਲ ਟੱਚ ਕਰਤਾ। ਮੇਰਾ ਨਾਮ ਪ੍ਰਭਜੋਤ ਕੌਰ ਆ ਜੀ। ਕਿੱਥੇ ਰਹਿਣ ਵਾਲੇ ਹੋ? ਕਰਤਾਰਪੁਰ ਦੇ ਰਹਿਣ ਵਾਲੇ ਹਾਂ। ਅਸੀਂ ਲਹਿਰ ਸਕੂਲ ਚ ਆਏ ਹਾਂ, ਸਰਕਾਰੀ ਸਕੂਲ। ਕੀ ਪ੍ਰੋਬਲਮ ਆ ਜੀ ਉਰੇ? ਇੱਥੇ ਇੱਕ ਟੀਚਰ ਆ ਹਰੀਦੇਵ ਸਰ, ਸਿਓੜੇ ਤੋਂ ਆ ਰਹੇ ਨੇ, ਉਹ ਸਾਡੇ ਬੱਚਿਆਂ ਨਾਲ ਗਲਤ ਸਿਰਸਾਰ ਕਰਦੇ, ਬੇਟੀਆਂ ਨਾਲ ਗਲਤ ਟੱਚ ਕਰਦੇ ਨੇ। ਅਗਰ ਉਹ ਆਪਣੇ ਆਪ ਨੂੰ ਕੋਈ ਵੀ ਗਲਤ ਸਟੈਪ ਚੱਕਦੇ ਨੇ, ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ, ਅਸੀਂ ਆਪਦੀ ਬੱਚਿਆਂ ਦੀ ਸੇਫ ਚਾਹੁੰਦੇ ਹਾਂ ਜੀ। ਗਮਦੂਰ, ਗਮਦੂਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਸਰ? ਲਹਿਲ ਦੇ। ਹੁਣ ਇਸ ਵੇਲੇ ਕਿੱਥੇ ਆਏ ਹੋ? ਸਕੂਲ ਆਇਆ। ਸਕੂਲ ਆਇਆ, ਕਿਸ ਮੁੱਦੇ ਨੂੰ ਲੈ ਕੇ ਆਏ ਹੋ ਇੱਥੇ? ਬਹੁਤ ਮਾੜੀ ਗੱਲ ਆ ਜੀ, ਕਰਦਾ ਹੋ ਅਤੇ ਉਹਨੂੰ ਇੱਥੇ ਸਮਝਾਉਣਾ ਚਾਹੀਦਾ, ਬਾਹਰ ਨੇ ਕਰਕੇ ਦੂਜੀ ਵਾਰ ਨੂੰ ਫੇਰ ਦੇ ਦਿਓ, ਉਦੋਂ ਬਾਅਦ ਚਾਹ ਹਾਸ਼ਰ ਹੋਊਗਾ।